ਗੁਰਮੀਤ ਪਨਾਗ ਕੈਨੇਡਾ ਦੀ ਕਹਾਣੀ ਕਾਸ਼ਨੀ ਸੁਪਨੇ ਦਾ ਅਗਲਾ ਪາກ ਟਾਊਨ ਹਾਲ ਦਾ ਮਾਹੌਲ ਘਟਵਾਂ ਗਿਆ ਸੀ ਲੋਕਾਂ ਦਾ ਰੋਸ ਉਹਨਾਂ ਦੇ ਚਿਹਰਿਆਂ ਤੇ ਉਕਰਿਆ ਪਿਆ ਸੀ ਚਾਰੇ ਪਾਸੇ ਗਵਰਨਮੈਂਟ ਦੀਆਂ ਪਾਲਿਸੀਆਂ ਤੇ ਕੰਮਾਂ ਬਾਰੇ ਬਹਿਸਾਂ ਚੱਲਣ ਲੱਗੀਆਂ ਮੋٹے ਢਡਾ ਉਤੇ ਲਮਕਦੀਆਂ ਟਾਈਆਂ ਵੀ ਬੇਚੈਨੀ ਦੇ ਆਲਮ ਚ ਘੁੰਮ ਰਹੀਆਂ ਸਨ ਜੋ ਫਾਰਮਾਂ ਨੂੰ ਹੜੱਪ ਕਰਨ ਲਈ ਕਾਲੀਆਂ ਸਨ ਅਚਾਨਕ ਹੀ ਕੁਲਦੀਪ ਦੀ ਨਜ਼ਰ ਭੇਡ ਚੁੱੱਚੇ ਲੰਮੀ ਸੁਬਕ ਜੇ ਡਾਕਟਰ ਸਿੱਧੂ ਤੇ ਪਈ ਚਿੱਟੇ ਕਾਲੇ ਮਿਲਟਰੀ ਕੱਟ ਵਾਲ ਵਾਲ ਜੀਨਸੇ ਗੋਲਫ ਸ਼ਰਟ ਸੋ ਵੱਖਰਾ ਹੀ ਖੜਾ ਨਜ਼ਰ ਆਇਆ ਮੇਅਰ ਨੇ ਫਾਰਮ ਤੇ ਹੋਣ ਵਾਲੀ ਡਿਵੈਲਪਮੈਂਟ ਦੇ ਬੁਰੇ ਅਸਰ ਬਾਰੇ ਜਾਣੂ ਕਰਵਾਇਆ ਉਸ ਤੋਂ ਬਾਅਦ ਡਾਕਟਰ ਸਿੱਧੂ ਬੜੇ ਠੋਸ ਕਦਮੀ ਸਟੇਜ ਵੱਲ ਵਧਿਆ ਮਾਈਕ ਨੂੰ ਸੈੱਟ ਕਰਨ ਤੋਂ ਬਾਅਦ ਉਹਨੇ ਲੋਕਾਂ ਵੱਲ ਸਰਸਰੀ ਨਜ਼ਰ ਮਾਰੀ ਕੁਸਰਮੁਸਰ ਬੰਦ ਹੋਈ ਜੋ ਫਿਰ ਇਹ ਸਨਾਟਾ ਪਸਰ ਗਿਆ ਜਦੋਂ ਕੋਈ ਮੰਤਰ ਢੋੜਿਆ ਗਿਆ ਹੋਵੇ ਡਾਕਟਰ ਸਿੱਧੂ ਦੇ ਚਿਹਰੇ ਤੇ ਨਿੰਮੀ ਜੀ ਮੁਸਕਰਾਟ ਸੀ ਜਦੋਂ ਉਹਨੇ ਬੋਲਣਾ ਸ਼ੁਰੂ ਕੀਤਾ ਮੈਂ ਨਿਊਯਾਰਕ ਤੋਂ ਇਸ ਸ਼ਹਿਰ ਆਪਣੀ ਜ਼ਿੰਦਗੀ ਦੇ ਸੁਨਹਿਰੀ ਸਾਲ ਬਿਤਾਉਣ ਲਈ ਆਇਆ ਹਾਂ ਇਸ ਨਾਲ ਮੇਰਾ ਬਹੁਤ ਕੁਝ ਜੁੜਿਆ ਹੋਇਆ ਹੈ ਪਹਿਲਾ ਪੰਜਾਬੀ ਪਰਿਵਾਰ ਜਿਨ੍ਹਾਂ ਦੇ ਘਰ ਮੇਰੀ ਮਾਂ ਇੰਡੀਆ 'ਚ ਕੰਮ ਕਰਿਆ ਕਰਦੀ ਸੀ ਜਿਨ੍ਹਾਂ ਨੇ ਮੇਰੀਆਂ ਫੀਸਾਂ ਭਰੀਆਂ ਮੈਨੂੰ ਪੜਾਇਆ ਡਾਕਟਰ ਬਣਾਇਆ ਉਹਨਾਂ ਨੇ ਟਿਕਟ ਭੇਜ ਕੇ ਮਿਲਟਨ ਬੁਲਾਇਆ ਉਹਨਾਂ ਨੇ ਹੀ ਮੇਰਾ ਵਿਆਹ ਕੀਤਾ ਮੈਂ ਦੂਜੀ ਵਾਰ ਪਨੀਰੀ ਵਾਂਗ ਇੱਥੇ ਲੱਗਾ ਸਾਂ ਜੇ ਅੱਜ ਪ੍ਰਭਾ ਜੀ ਆਉਂਦੀ ਹੁੰਦੀ ਤਾਂ ਉਹ ਆਪ ਹੀ ਦੱਸਦੀ ਕਿ ਉਹਨਾਂ ਨੇ ਉਹਦੇ ਕਿੰਨੇ ਚਾਮਲਾਰ ਕੀਤੇ ਸਨ ਕੁਝ ਸਾਲ ਲੋਕਲ ਹਸਪੀਟਲ 'ਚ ਟੈਂਪਰੇਰੀ ਕੰਮ ਮਿਲਿਆ ਪਰ ਪੱਕੀ ਜੌਬ ਨਿਊਯਾਰਕ 'ਚ ਹੀ ਮਿਲੀ ਮੈਨੂੰ ਯਾਦ ਹੈ ਕਿ ਅਸੀਂ ਕਿੰਨੇ ਅਣਮੰਨੇ ਜੇ ਨਿਊਯਾਰਕ ਤੁਰ ਗਏ ਸਾਂ ਪ੍ਰਭਾ ਤਾਂ 6 ਮਹੀਨੇ ਬਾਅਦ ਕਹਿ ਦਿੰਦੀ ਮੈਨੂੰ ਤਾਂ ਮੇਰੇ ਸਾਰੇ ਲੈ ਚ ਲੋ ਹਾਲਚ ਬੈਠੇ ਲੋਕ ਡਾਕਟਰ ਵੱਲ ਪਿਆਰ ਤੇ ਹਮਦਰਦੀ ਨਾਲ ਤੱਕ ਰਹੇ ਸਨ। ਉਹਨੇ ਸੀਨੇ ਤੇ ਹੱਥ ਰੱਖ ਕੇ ਲੰਮਾ ਸਾਹ ਲਿਆ ਤੇ ਬੋਲਿਆ, "ਇਸ ਸ਼ਹਿਰ ਦਾ ਮੇਰੇ ਸਿਰ ਤੇ ਬਹੁਤ ਵੱਡਾ ਕਰਜ਼ਾ ਹੈ। ਹੁਣ ਤੱਕ ਇਸ ਕਰਜ਼ੇ ਦੀਆਂ ਨਿੱਕੀਆਂ ਨਿੱਕੀਆਂ ਕਿਸ਼ਤਾਂ ਹੀ ਉਤਾਰ ਸਕਿਆ। ਫਾਰਮ ਨੂੰ ਬਚਾਉਣਾ ਵੀ ਉਸੇ ਕਰਜ਼ੇ ਦੀ ਇੱਕ ਛੋਟੀ ਜੀ ਹੋਰ ਕਿਸ਼ਤ ਹੈ।" ਕੁਲਦੀਪ ਨੂੰ ਝੁੰਝਣੀ ਜਿਹੀ ਆਈ। ਡਾਕਟਰ ਦੇ ਬੋਲ ਉਹਦੀ ਰੂਹ 'ਚ ਉਤਰਦੇ ਗਏ। ਹਾਲ ਚ ਤਾੜੀਆਂ ਦੀ ਆਵਾਜ਼ ਕਰਕੇ ਉਹ ਬਿੰਦਕ ਰੁਕਿਆ ਫਿਰ ਪੂਰੇ ਜਲਵਾਚ ਬੋਲਿਆ ਜੇ ਫਾਰਮ ਉਹ ਸਾਰਿਆਂ ਦੀ ਭੇਂਟ ਚੜਨ ਲੱਗ ਪਏ ਤਾਂ ਟੇਰੀਓ ਚ ਜਿਹੜੀ ਕੁੱਲ ਮਿਲਾ ਕੇ 5% ਜ਼ਮੀਨ ਖੇਤੀ ਲਾਇਕ ਹੈ ਉਹ ਵੀ ਜਾਂਦੀ ਲੱਗੇਗੀ ਕਿੱਥੋਂ ਆਏਗਾ ਅਨਾਜ ਤੇ ਸਬਜ਼ੀਆਂ ਅਸੀਂ ਤਾਂ ਮੱਕੀ ਤੋਂ ਤੇਲ ਬਣਾ ਕੇ ਗੱਡੀਆਂ ਚ ਵਰਤਣ ਲੱਗ ਪਏ ਆ ਤਾਂ ਕਿ ਦੂਜੇ ਮੁਲਕਾਂ ਤੇ ਨਿਰਭਰਤਾ ਖਤਮ ਹੋ ਜਾਏ ਸਾਨੂੰ ਗਵਰਨਮੈਂਟ ਤੇ ਡਵੈਲਪਰਾਂ ਦੀਆਂ ਟੇਡੀਆਂ ਚਾਲਾਂ ਤੋਂ ਸਾਵਧਾਨ ਹੋਣ ਦੀ ਜ਼ਰੂਰਤ ਹੈ ਤੁਸੀਂ ਜਾਣਦੇ ਹੋ ਕਿ ਇਕੱਲੀ ਜਿੰਸਿੰਗ ਦੀ ਐਕਸਪੋਰਟ ਕੈਨੇਡਾ ਨੂੰ 160 ਮਿਲੀਅਨ ਡਾਲਰ ਦੇ ਜਾਂਦੀ ਹੈ ਪੰਡਾਲ 'ਚ ਇੱਕ ਆਵਾਜ਼ ਉੱਠੀ ਡਵੈਲਪਮੈਂਟ ਨਾਲ ਲੋਕਾਂ ਨੂੰ ਰੋਜ਼ਗਾਰ ਵੀ ਤਾਂ ਮਿਲਦਾ ਹੈ ਇਹੋ ਜਿਹੀਆਂ ਆਵਾਜ਼ਾਂ ਫਾਰਮ ਪੱਖੀ ਨਾਰਿਆਂ 'ਚ ਹੀ ਗਵਾਚ ਗਈਆਂ ਡਾਕਟਰ ਨੇ ਸਪੀਚ ਜਾਰੀ ਰੱਖੀ ਮੈਂ ਤੁਹਾਨੂੰ ਇੱਕ ਦਿਲਚਸਪ ਗੱਲ ਸੁਣਾਉਣਾ ਆਪਾਂ ਸਾਰੇ ਟੌਮ ਹਾਰਵਰਡ ਫਾਰਮਸ ਤੋਂ ਤਾਂ ਵਾਕਫ ਆ ਪਿੱਛੇ ਜੇ ਉੱਥੇ ਜਾਣ ਦਾ ਮੌਕਾ ਮਿਲਿਆ ਟੌਮ ਤੇ ਉਹਦਾ ਪਰਿਵਾਰ ਬੜੀ ਛਾਲ ਨਾਲ ਦੇਸੀ ਅੰਡੇ ਸਬਜ਼ੀਆਂ ਫਲ ਤੇ ਤਾਜ਼ਾ ਮੀਟ ਫਾਰਮ ਤੇ ਵੇਚਦੇ ਹਨ ਲਵੈਂਡਰ ਤੇ ਜਾਮਨੀ ਫੁੱਲਾਂ ਦੀ ਦੂਰ ਤੱਕ ਵਿਛੀ ਚਾਦਰ ਜਿਹਨੂੰ ਲੋਕੀ ਦੂਰੋਂ ਦੂਰੋਂ ਵੇਖਣ ਆਉਂਦੇ ਨੇ ਉਸ ਤੋਂ ਲਵੈਂਡਰ ਰੰਗਾ ਸ਼ਾਇਦ ਆਈਸਕ੍ਰੀਮ ਤੇ ਮੋਮਬਤੀਆਂ ਕੀ ਕੁਝ ਨਹੀਂ ਉਹ ਬਣਾਉਂਦੇ ਸੈਂਕੜੇ ਏਕੜਾਂ ਵਿੱਚ ਫੈਲਿਆ ਫਾਰਮ ਤੇ ਇਸ ਵਿੱਚ ਕਨਾ ਜੰਗਲ, ਲਹਿ ਲਹਾਉਂਦੀਆਂ ਫਸਲਾਂ, ਪੁਰਾਣੇ ਨਰੋਏ ਦਰਖਤ, ਦੁੱਧ ਦੇਣ ਵਾਲੇ ਪਸ਼ੂ ਤੇ ਘੋੜੇ ਵੀ ਹਨ। ਸਕੂਲਾਂ ਦੇ ਟੂਰ ਆਉਂਦੇ ਹਨ ਇਹਨੂੰ ਦੇਖਣ ਤਾਂ ਕਿ ਬੱਚਿਆਂ ਨੂੰ ਆਪਣੇ ਵਿਰਸੇ ਦਾ ਪਤਾ ਲੱਗੇ। ਪਿੱਛੇ ਜੇ ਦੀ ਗੱਲ ਹੈ ਕਿ ਰੀਅਲ ਏਸਟੇਟ ਵਾਲੇ ਨੇ ਟੌਮ ਦੀ ਬਜ਼ੁਰਗ ਮਾਤਾ ਨੂੰ ਐਸਾ ਪਰਮਾਇਆ ਉਸ ਦਾ ਫਾਰਮ ਵਿਕਵਾ ਦਿੱਤਾ। ਉਸ ਦਿਨ ਤੋਂ ਬਾਅਦ ਮਾਂ-ਪੁੱਤ ਦੀ ਬੋਲਚਾਲ ਬੰਦ ਹੈ। ਮਸਲਾ ਪੈਸੇ ਦਾ ਨਹੀਂ ਮਸਲਾ ਇਹ ਸੀ ਕਿ ਹੁਣ ਉਹ ਫਾਰਮ ਕੰਕਰੀਟ ਹੋ ਜਾਏਗਾ ਟੌਮ ਨੇ ਇਸ ਇਲਾਕੇ ਵਿੱਚ ਇੱਕ ਹੋਰ ਫਾਰਮ ਕਿਰਾਏ ਤੇ ਲੈ ਲਿਆ ਪਰ ਉਹਦਾ ਵਿਸ਼ਵਾਸ ਡਗਮਗਾ ਗਿਆ ਪਤਾ ਨਹੀਂ ਕਦੋਂ ਉਹ ਫਾਰਮ ਵੀ ਉਸਾਰੀ ਦੀ ਬਲੀ ਚੜ ਜਾਏ ਅੱਜ ਸਾਡਾ ਇੱਥੇ ਇਕੱਠੇ ਹੋਣ ਦਾ ਮਕਸਦ ਇਸ ਉਲਟੇ ਰੁਖ ਪਏ ਵਿਕਾਸ ਨੂੰ ਠੱਲ ਪਾਉਣਾ ਹੈ ਮੈਂ ਦੁਨੀਆ ਦੇ ਕਿਸੇ ਵੀ ਖਿੱਤੇ ਦੇ ਫਾਰਮ ਫਾਰਮਾਂ ਨੂੰ ਫਾਰਮ ਹੀ ਦੇਖਣਾ ਚਾਹੁੰਦਾ ਹਾਂ ਮੇਅਰ ਸਮੇਤ ਸਾਰੇ ਸਰੋਤੇ ਕੁਰਸੀਆਂ ਛੱਡ ਕੇ ਖੜੇ ਹੋ ਗਏ। ਤਾੜੀਆਂ ਦੀ ਗੂੰਜ ਨਾਲ ਹਾਲ ਭਰ ਗਿਆ। ਕੁਲਦੀਪ ਤੇ ਕਿੰਨੇ ਹੀ ਹੋਰ ਲੋਕ ਡਾਕਟਰ ਸਿੱਧੂ ਨੂੰ ਮਿਲਣ ਲਈ ਉਤਾਵਲੇ ਸਨ ਪਰ ਉਹ ਪਤਾ ਨਹੀਂ ਕਿਹੜੇ ਵੇਲੇ ਉੱਥੋਂ ਨਿਕਲ ਗਿਆ। देर रात तक ਕੁਲਦੀਪ ਦੇ ਚੇਤੇਆਂ 'ਚ ਦੁਪਹਿਰ ਵਾਲੇ ਪਲ ਤੈਰਦੇ ਰਹੇ। ਉਹਨੂੰ ਨੀਂਦ ਨਹੀਂ ਸੀ ਆ ਰਹੀ। ਕੀ ਹੋ ਗਿਆ ਮੈਨੂੰ? ਚੱਲ ਮਨਾ ਉੱਠ ਕੇ ਕੁਝ ਪੜ ਹੀ ਲੈ। ਉਹਨੇ ਨਾਈਟ ਟੇਬਲ ਤੇ ਪਏ ਨੌਵਲ ਨੂੰ ਚੁੱਕਿਆ। ਨੰਕਾ ਲਗਾਈਆ ਤੇ ਨਾਵਲ ਦੇ ਪਿਛਲੇ ਪੰਨੇ ਤੇ ਪਤਾ ਨਹੀਂ ਕਿਵੇਂ ਉਸ ਤੋਂ ਲਿਖਿਆ ਗਿਆ ਤੇਰੇ ਬੋਲਾਂ ਦੀ ਮਹਿਕ ਹੌਲੀ-ਹੌਲੀ ਫੈਲ ਰਹੀ ਕਾਸ਼ ਮੈਂ ਉਹ ਲਿਖ ਸਕਦੀ ਜੋ ਮੈਂ ਅਸਲ ਚ ਕਹਿਣਾ ਚਾਹਨੀ ਹਾਂ ਪਰ ਸੌਣ ਵੇਲੇ ਤੱਕ ਕੁਲਦੀਪ ਦੇ ਛੇਤਾਂ ਚ ਡਾਕਟਰ ਸਿੱਧੂ ਦੇ ਬੋਲ ਹੀ ਗੂੰਜਦੇ ਰਹੇ ਉਹ ਦਿਨ ਚੜੇ ਉੱਠੀ ਚਾਹ ਦਾ ਕੱਪ ਲੈ ਕੇ ਫੋਨ ਤੇ ਮੈਸੇਜ ਚੈੱਕ ਕਰਦੀ ਰਹੀ ਡੋਰ ਬੈਲ ਨੇ ਉਹਦਾ ਧਿਆਨ ਤੋੜਿਆ ਗੁੱਡ ਮਾਰਨਿੰਗ ਆਂਟੀ ਰੂਬੀ ਪੋਰਚ ਤੇ ਖੜੀ ਸੀ ਮੈਂ ਤਾਂ ਅੱਜ ਲੰਚ ਸਵੇਰੀ ਬਣਾ ਦੇਣਾ ਤੁਹਾਡਾ ਫਰੈਸ਼ ਗਰਮ ਮਸਾਲਾ ਚਾਹੀਦਾ ਸੀ ਹਾਂ ਜ਼ਰੂਰ ਨਾਲੇ ਪਿੰਨੀਆਂ ਵੀ ਲੈ ਜਾ ਕਹਿ ਕੁਲਦੀਪ ਕਿਚਨ ਵੱਲ ਨੂੰ ਮੁੜੀ ਤੇ ਰੂਬੀ ਵੀ ਪਿੱਛੇ ਆ ਗਈ ਤੁਸ ਤਾਂ ਵਾਕ ਤੇ ਜਾਣਾ ਹੋਣਾ ਮੈਂ ਵੀ ਸ਼ੁਰੂ ਕਰਦੀ ਹਾਂ ਸੱਚੀ ਆਂਟੀ ਜੇ ਮੈਂ ਤੁਹਾਡੇ ਅਰਗੇ ਫਿੱਟ ਹੋਵਾਂ ਮੈਂ ਤਾਂ ਰੋਜ਼ ਟਾਈਟ ਡਰੈਸ ਪਾਵਾਂ ਜਦੋਂ ਮਾਲ ਚ ਜਾਈਦਾ ਬਹੁਤ ਦਿਲ ਕਰਦਾ ਹੈ ਡਰੈਸਾਂ ਲੈਣ ਨੂੰ ਪਰ ਆਪਣੇ ਦੋਹਾਂ ਹੱਥਾਂ ਨਾਲ ਢਿੱਡ ਨੂੰ ਘੁੱਟਦੇ ਹੱਸੀ ਮੈਂ ਤਾਂ ਵਿਹਲੀ ਆ ਬਸ ਟਾਈਮ ਪਾਸ ਕਰਨ ਲਈ ਕੁਝ ਪੜ ਲਈਦਾ ਜਾਂ ਗੇੜਾ ਮਾਰ ਲਈਦਾ ਕਿਸੇ ਦੇ ਮੂੰਹ ਮੱਥੇ ਲੱਗਦੀਆਂ ਤੇ ਸਿਹਤ ਵੀ ਠੀਕ ਰਹਿੰਦੀ ਆ ਕੁਲਦੀਪ ਨੇ ਰੂਬੀ ਨੂੰ ਦੋ ਲਫਾਫੇ ਫੜਾਉਨੇ ਆਖਿਆ ਰੂਬੀ ਦੇ ਜਾਣ ਤੋਂ ਬਾਅਦ ਉਹਨੇ ਸੈਰ ਲਈ ਤਿਆਰ ਹੋ ਕੇ ਵੱਡੇ ਸ਼ੀਸ਼ੇ 'ਚ ਆਪਣੇ ਆਪ ਨੂੰ ਨਿਹਾ ਰਿਆ ਹਲਕੇ ਜਿਹੀ ਲਿਪਸਟਿਕ ਲਗਾਈ ਤੇ ਦਰਵਾਜ਼ਾ ਬੰਦ ਕਰਕੇ ਬਾਹਰ ਵੱਲੋਂ ਤੁਰ ਪਈ ਡਾਕਟਰ ਸਿੱਧੂ ਦੇ ਘਰ ਤੋਂ ਪਹਿਲਾਂ ਹੀ ਉਹਦੇ ਕਦਮ ਹੌਲੀ ਹੋ ਗਏ ਉਬਾਰੀ ਵਰਾਂਡੇ 'ਚ ਬੈਠਾ ਅਖਬਾਰ ਪੜ੍ਹ ਰਿਹਾ ਸੀ ਗੁੱਡ ਮਾਰਨਿੰਗ ਡਾਕਟਰ ਸਾਹਿਬ ਕੁਲਦੀਪ ਨੇ ਮੇਨ ਗੇਟ ਕੋਲ ਖੜੇ ਹੋ ਕੇ ਆਕੇ ਗੁੱਡ ਮਾਰਨਿੰਗ ਮਿਸਿਸ ਗਿੱਲ ਆਜੋ ਲੰਗਾਓ ਡਾਕਟਰ ਨੇ ਅੰਨਕ ਉਤਾਰੀ ਅਖਬਾਰ ਮੇਜ਼ ਤੇ ਰੱਖਿਆ ਤੇ ਹੱਥ ਜੋੜ ਖੜਾ ਹੋ ਗਿਆ ਸੌਰੀ ਫਾਰ ਡਿਸਟਰਬਿੰਗ ਕੱਲ ਤੁਸੀਂ ਜੋ kiya ਬਹੁਤ ਅਸਰਦਾਰ ਸੀ ਤਾਰੀਫ ਸੁਣ ਕੇ ਜਿਵੇਂ ਡਾਕਟਰ ਸਿੱਧੂ ਦੇ ਅੰਦਰ ਨਵੀਂ ਰੌਣ ਜਾਗ ਪਈ ਉਨੀਵੀਂ ਪਾਈ ਮੱਥੇ ਤੇ ਹੱਥ ਫੇਰਦਾ ਸੋਚੀ ਜਾਵੇ ਮੈਨੂੰ ਨਾ ਕਦੇ ਕੰਪਲੀਮੈਂਟ ਦੇਣਾ ਆ ਯਾ ਨਾ ਲੈਣਾ ਹੁਣ ਵੀ ਨਹੀਂ ਸੁਝ ਰਿਹਾ ਕੀ ਕਹਾਂ ਜਦੋਂ ਵੀ ਕਿਸੇ ਪਾਰਟੀ ਤੇ ਜਾਣਾ ਤਾਂ ਪ੍ਰਭਾ ਨੇ ਤਿਆਰ ਹੋ ਕੇ ਪੁੱਛਣਾ ਮੈਂ ਕਿਵੇਂ ਲੱਗ ਰਹੀ ਆ ਮੇਰਾ ਜਵਾਬ ਹੁੰਦਾ ਕਿ ਸ਼ੀਸ਼ੇ ਤੇ ਯਕੀਨੀ ਆ ਤੇ ਉਹ ਆਖਦੀ ਜੋ ਭਰਾ ਤੁਹਾਨੂੰ ਤਾਂ ਤਾਰੀਫ ਵੀ ਨਹੀਂ ਕਰਨੀ ਆਉਂਦੀ ਇਉਂ ਹੀ ਜਦੋਂ ਮੈਡੀਕਲ ਕਾਨਫਰੰਸ ਪੇਪਰ ਪੜ੍ਹ ਕੇ ਘਰ ਆਉਣਾ ਤਾਂ ਪ੍ਰਭਾ ਨੇ ਪੁੱਛਣਾ ਤੁਹਾਡੀ ਪਰਫਾਰਮੈਂਸ ਕਿਉਂ ਜੀ ਸੀ ਤਾਂ ਮੇਰਾ ਜਵਾਬ ਹੁੰਦਾ ਮੈਂ ਕਿਹੜਾ ਕੋਈ ਕਾਮੇਡੀ ਸ਼ੋਅ ਕਰਨ ਗਿਆ ਸੀ ਆਪਣੀ ਸੂਝ-ਬੂਝ ਨਾਲ ਕੰਮ ਕਰ ਰਹੀਆਂ ਵਾ ਤੇ ਉਹਨੂੰ ਚੁੱਪ ਨੂੰ ਵੇਖ ਕੁਲਦੀਪ ਕੌਰ ਬੋਲੀ ਅਗਲੇ ਹਫਤੇ ਲਿਬਰਲ ਪਾਰਟੀ ਦੀ ਨਾਮਿਨੇਸ਼ਨ ਹੈ ਮੈਂ ਵੋਲੰਟੀਅਰ ਵਰਕ ਕਰ ਰਹੀਆਂ ਤੁਹਾਡਾ ਹੈ ਕੋਈ ਇੰਟਰਸਟ ਕਮਾਲ ਮੈਂ ਤਾਂ ਲਿਬਰਲ ਪਾਰਟੀ ਦਾ ਲਾਈਫ ਲੌਂਗ ਮੈਂਬਰ ਹਾਂ ਤੁਸੀਂ ਆਓ ਬੈਠੋ ਤਾਂ ਸਹੀ ਮਿਸਿਸ ਗਿਲ ਮੈਂ ਨਿੰਬੂ ਪਾਣੀ ਬਣਾ ਕੇ ਲਿਆਇਆ ਸੈਰ ਲਈ ਨਿਕਲੋ ਨਿਕਲੇ ਹੋ ਨਾ ਠੀਕ ਰਹੇਗਾ ਡਾਕਟਰ ਸਿੱਧੂ ਨੇ ਕੁਰਸੀ ਉਸ ਸਵਾਲ ਸਰਕਾਈ ਤੇ ਅੰਦਰ ਚਲਾ ਗਿਆ ਕੁਲਦੀਪ ਨੇ ਚੁਫੇਰੇ ਨਜ਼ਰ ਮਾਰੀ ਉਦਾਸੀ ਚ ਡੁੱਬਿਆ ਘਰ ਤੇ ਚਾਰੇ ਪਾਸੇ ਸੁੰਨਸਾਨ ਫਿਰ ਵੀ ਜ਼ਿੰਦਗੀ ਨਾਲ ਲਬਰੀਜ਼ ਇਨਸਾਨ ਮੁਸਕਰਾਉਂਦਾ ਚਿਹਰਾ ਜਮਣੀ ਤਿਤਲੀ ਸਾਹਮਣੇ ਫੁੱਲਾਂ ਦੀ ਕਿਆਰੀ ਤੇ ਆ ਬੈਠੀ ਉਹਦਾ ਬੜਾ ਦਿਲ ਕੀਤਾ ਉਹ ਭੱਜ ਕੇ ਜਾਵੇ ਉਹਦੇ ਪਿੱਛੇ ਦੌੜੇ ਡਾਕਟਰ ਦੋ ਗਲਾਸ ਨਿੰਬੂ ਪਾਣੀ ਟਰੇਚ ਰੱਖ ਲਿਆ ਦਰਵਾਜ਼ਾ ਖੜਾ ਕਰਕੇ ਉਹਦੇ ਪਿੱਛੇ ਬੰਦ ਹੋਇਆ ਕੁਲਦੀਪ ਮੁਸਕਰਾਈ ਸੌਰੀ ਪਿੰਨੀਆਂ ਤਾਂ ਖਤਮ ਹੋ ਚੁੱਕੀਆਂ ਨੇ ਰੂਬੀ ਦੇ ਜਾਂਦੀ ਹੁੰਦੀ ਐ ਉਹਨੂੰ ਪਤਾ ਐ ਮੈਂ ਬਾਜ਼ਾਰ ਦਾ ਕੋਈ ਮਿੱਠਾ ਨਹੀਂ ਖਾਂਦਾ ਕੁਲਦੀਪ ਢਿੱਡ ਹੱਸ ਰਿਹਾ ਸੀ ਗੱਲ ਨੂੰ ਹੋਰ ਪਾਸੇ ਪਾਉਣ ਲਈ ਉਹਨੇ ਪੁੱਛਿਆ ਤੁਸੀਂ ਮੈਡੀਕਲ ਦੀ ਡਿਗਰੀ ਕਿੱਥੋਂ ਕੀਤੀ ਅੰਮ੍ਰਿਤਸਰੋਂ ਅਮੇਜ਼ਿੰਗ ਮੈਂ ਵੀ G.N.D.U ਤੋਂ ਹੀ ਇੰਗਲਿਸ਼ ਲਿਟਰੇਚਰ ਦੀ ਮਾਸਟਰਸ ਕੀਤੀ ਐ ਕੁਲਦੀਪ ਦੀਆਂ ਅੱਖਾਂ 'ਚ ਲਿਸ਼ਕ ਆ ਗਈ ਅੱਛਾ ਇੰਟਰਸਟਿੰਗ ਤੁਹਾਡੀ ਲਾਇਬ੍ਰੇਰੀ ਦੀ ਬਿਲਡਿੰਗ ਬੜੀ ਸੋਹਣੀ ਹੈ ਬਿਲਕੁਲ ਸ਼ਿਪ ਵਰਗੀ ਮੈਂ ਉੱਥੋਂ ਕਈ ਵਾਰ ਮੈਡੀਕਲ ਜਰਨਲ ਇਸ਼ੂ ਕਰਵਾਉਂਦਾ ਹੁੰਦਾ ਸੀ ਮਾਈ ਫੇਵਰਟ ਪਲੇਸ ਉੱਥੋਂ ਹੀ ਤਾਂ ਕਿਤਾਬਾਂ ਨਾਲ ਲਗਾਓ ਹੋਇਆ ਹੁਣ ਤੱਕ ਅੰਦਰ ਵਸਦੀ ਉਹਨਾਂ ਕਿਤਾਬਾਂ ਦੀ ਖੁਸ਼ਬੂ ਡਿਪਾਰਟਮੈਂਟ ਜਾਣ ਤੋਂ ਪਹਿਲਾਂ ਲਾਇਬ੍ਰੇਰੀ ਆਪੇ ਹੀ ਆਪਣੇ ਵੱਲ ਖਿੱਚ ਲੈਂਦੀ ਸੀ ਯਾ ਦੇ ਲਾਰੈਂਸ ਰੋਡ ਅੰਮ੍ਰਿਤਸਰ ਦਾ ਡਾਊਨ ਟਾਊਨ ਤੇ ਨਾਲੇ ਨਵਲਟੀ ਦੀ ਮਟਕੇ ਵਾਲੀ ਕੁਲਫੀ ਉਦੇ ਬਾਹਰ ਮੁੰਡੇ ਕੁੜੀਆਂ ਦੀਆਂ ਟਾਣੀਆਂ ਕਿੰਨੀ ਕਿੰਨੀ देर ਖੜੀਆਂ ਗੱਪਾਂ ਮਾਰਦੀਆਂ ਰਹਿੰਦੀਆਂ ਡਾਕਟਰ ਇੱਕ ਹੋ ਲਾਸਟ ਸਟੇਜ ਬੋਲਿਆ ਕੇਸਰ ਦੇ ਟਾਬੇ ਦੇ ਲੱਛੇਦਾਰ ਪ੍ਰਾਂਟ ਹੈ ਤੇ ਹਾਲ ਗੇਟ ਕੋਲ ਮਿਲਦੇ ਅੰਬਰਸਰੀ ਮੱਛੀ ਦੇ ਪਕੌੜੇ ਹੂੰ ਮੂਝ ਪਾਣੀ ਆ ਗਿਆ ਕੁਲਦੀਪ ਵੀ ਆਪਣੀ ਹੀ ਰੌਣਕ ਬੋਲ ਰਹੀ ਸੀ ਉੱਥੇ ਵੀ ਹੁਣ ਕਿੰਨੀਆਂ ਹੀ ਧਾਵਾਂ ਮਲਟੀਪਲੈਕਸ ਤੇ ਵੱਡੇ ਮਾਲਾਂ ਚ ਬਦਲ ਗਈਆਂ ਨੇ ਮਹਾਂਦਰਾ ਹੀ ਬਦਲ ਗਿਆ ਆਪਣੇ ਸ਼ਹਿਰ ਦਾ ਕਿੰਨੀ ਦੇਰ ਗੱਲਾਂ ਚੱਲਦੀਆਂ ਰਹੀਆਂ ਚੜਦੇ ਸੂਰਜ ਦੀ ਤਪਸ਼ ਵੀ ਵਧਣ ਲੱਗੀ ਕੁਲਦੀਪ ਉੱਠ ਖੜੀ ਹੋਈ ਤੇ ਬੋਲੀ 65 ਸਾਲ ਦੀ ਉਮਰ 'ਚ ਹੁਣ ਇੱਕ ਹੋਰ ਆਦਤ ਵੀ ਪਾਉਣੀ ਪੈਣੀ ਹੈ ਸਵੇਰੇ ਉੱਠ ਕੇ ਨਿੰਬੂ ਪਾਣੀ ਪੀਂਦੀ ਡਾਕਟਰਾਂ ਦੀ ਸਲਾਹ ਮੰਨਣੀ ਚਾਹੀਦੀ ਹੈ ਡਾਕਟਰ ਸਿੱਧੂ ਮਿੰਨਾ ਜੇ ਮੁਸਕਰਾਇਆ ਉਹ ਤਾਂ ਕੁਲਦੀਪ ਨੂੰ ਕਿਤੇ ਛੋਟੀ ਸਮਝਦਾ ਸੀ ਤੁਹਾਨੂੰ ਮਿਲ ਕੇ ਬਹੁਤ ਚੰਗਾ ਲੱਗਾ ਡਾਕਟਰ ਸਿੱਧੂ ਦਾ ਚਿਹਰਾ ਖੁਸ਼ੀ ਦੀ ਪਾ ਮਾਰਨ ਲੱਗਾ ਕੁਲਦੀਪ ਮੁਸਕਰਾ ਕੇ مین ਗੇਟ ਵੱਲ ਨੂੰ ਮੁੜੀ ਉਹ ਰੋਜ਼ ਜਦੋਂ ਸੈਰ ਨੂੰ ਜਾਂਦੀ ਦਿਲ ਕਰਦਾ ਕਿ ਡਾਕਟਰ ਸਿੱਧੂ ਨੂੰ ਵੀ ਪੁੱਛ ਲਈ ਪਰ ਕਦੇ ਹੌਸਲਾ ਨਾ ਪਿਆ ਉਹ ਸਾਂਝੀਆਂ ਤਰ੍ਹਾਂ ਛੜਨਦੇ ਸੁਪਨੇ ਲੈਂਦੀ ਅਗਲੇ ਹੀ ਪਲ ਉਦਾਸ ਵੀ ਹੋ ਜਾਂਦੀ ਕਦੇ ਪਿਛਲੀਆਂ ਯਾਦਾਂ ਉੱਪਰ ਕੇ ਆਉਂਦੀਆਂ ਤੇ ਉਹ ਬੁੜਬੁੜਾਉਂਦੀ ਪਤਾ ਨਹੀਂ ਕਦੋਂ ਸ਼ੁਰੂ ਹੋ ਜਾਂਦਾ ਹੈ ਆਪੇ ਤੋਂ ਆਪੇ ਤੱਕ ਦਾ ਲੰਮਾ ਸਫ਼ਰ ਰਿਸ਼ਤੇ ਵੀ ਕਿਵੇਂ ਕਿਰ ਜਾਂਦੇ ਨੇ ਮੁਠੀ ਦੀ ਰੇਤ ਵਾਂਗ ਅੱਜ ਤਾਂ ਸੈਰ ਤੋਂ ਵਾਪਸ ਆ ਕੇ ਵੀ ਉਹਦਾ ਮਨ ਉਖੜਿਆ ਪਿਆ ਸੀ। ਕਿਚਨ 'ਚ ਕੁਝ ਵੀ ਕਰਨ ਨੂੰ ਜੀ ਨਹੀਂ ਸੀ ਕਰ ਰਿਆ। ਪਾਸਤਾ ਹੀ ਖਾ ਲੈਣੀ ਆ। ਕੱਲ ਦਾ ਪਿਆ ਫ੍ਰਿਜ ਹੋ ਜਾਏਗਾ ਮੇਰਾ ਲੰਚ। ਵਾਈਨ ਦਾ ਗਲਾਸ ਲੈ ਕੇ ਥੋੜੀ ਦੇਰ ਟੀਵੀ ਦੇਖਦੀ ਰਹੀ। ਬੱਦਲ ਗਰਜਣ ਦੀ ਆਵਾਜ਼ ਸੁਣ ਕੇ ਉੱਪਰ ਦੀਆਂ ਖਿੜਕੀਆਂ ਬੰਦ ਕਰਨ ਚਲੀ ਗਈ। ਸ਼ਾਵਰ ਤੋਂ ਬਾਅਦ ਉਹਨੇ ਜਮਣੀ ਰੰਗ ਦਾ ਗਾਊਨ ਵੀ ਪਾ ਲਿਆ ਜੋ ਸਰਤਾਜ ਨੇ ਪਿਛਲੇ ਸਾਲ ਦਿੱਤਾ ਸੀ। ਉਹਦਾ ਦਿੱਤਾ ਕਾਰਡ ਵੀ ਦੁਬਾਰਾ ਪੜਿਆ ਹੈਪੀ ਬਰਥਡੇ ਮਮ ਤੁਹਾਨੂੰ ਹਰੇਕ ਰੰਗ ਮਾਨਣ ਦਾ ਹੱਕ ਏ ਜ਼ਿੰਦਗੀ ਕਿੰਨੀ ਖੂਬਸੂਰਤ ਏ ਵੀ ਓਨਲੀ ਲਿਵ ਵਾਂਸ ਲਵ ਸਰਤਾਜ ਕਾਰਡ ਨੂੰ ਡਰੈਸਰ ਤੇ ਰੱਖ ਕੇ ਹੋਏ ਠਾਈ ਪਿਛਲੇ ਡੈਕ ਤੇ ਜਾ ਬੈਠੀ ਕਿਰਮਣ ਕਣੀਆਂ ਦਾ ਸੰਗੀਤ ਤੇ ਮਿੱਟੀ ਦੀ ਸਾਂਦੀ ਸਾਂਦੀ ਖੁਸ਼ਬੂ ਉਹ ਦੀ ਰੂਹ ਨੂੰ ਸਰਸ਼ਾਰ ਕਰਨ ਲੱਗੀ ਡੋਰ ਬੈਲ ਹੋਣ ਤੇ ਉਹ ਹੈਰਾਨ ਜੀ ਹੋਈ ਕੌਣ ਹੋ ਸਕਦਾ ਭਲਾ ਉਹ ਦਰਵਾਜ਼ਾ ਖੋਲਣ ਤੁਰ ਪਈ ਆਈ ਬੈਗ ਯੂ ਪਾਰਡਨ ਮਿਸਿਸ ਗਿਲ ਮੈਂ ਫੋਨ ਵੀ ਨਹੀਂ ਕੀਤਾ ਅੰਦਰ ਨਹੀਂ ਆਵਾਂਗਾ ਤੇਰਾ ਸਾਰਾ ਫਰਸ਼ ਗਿਲਾ ਹੋ ਜਾਏਗਾ ਗੜੁੱਚ ਕਪੜਿਆਂ 'ਚ ਖੜਾ ਡਾਕਟਰ ਸਿੱਧੂ ਬੋਲਿਆ ਕੁਝ ਰੁੱਕ ਕੇ ਫਿਰ ਕਹਿਣ ਲੱਗਾ ਮੈਂ ਸੋਚਿਆ ਵੀ ਆਹ ਤਾਂ ਮਿਸਿਸ ਗਿਲ ਦਾ ਘਰ ਪਿਆ ਛਤਰੀ ਵੀ ਨਹੀਂ ਚੁੱਕੀ ਉਹਦੇ ਸਿਰ 'ਚੋਂ ਪਾਣੀ ਦੀਆਂ ਬੂੰਦਾਂ ਵੀ ਹਾਲੇ ਵੀ ਟ੍ਰਿਪ ਟ੍ਰਿਪ ਡਿੱਗ ਰਹੀਆਂ ਸਨ। ਓ ਮਾਈ ਗਾਡ ਡਾਕਟਰ ਸਾਹਿਬ ਅੰਦਰ ਆਓ। ਕੁਲਦੀਪ ਨੇ ਜ਼ੋਰ ਪਾ ਕੇ ਆਖਿਆ। ਉਹ ਝਿਜਕਦਾ ਜਿਹਾ ਅੰਦਰ ਆ ਕੇ ਰੁਕ ਗਿਆ। ਕੁਲਦੀਪ ਨੇ ਅੱਗੇ ਹੋ ਕੇ ਉਹਨੂੰ ਸੋਫੇ ਤੇ ਬੈਠਣ ਲਈ ਇਸ਼ਾਰਾ ਕੀਤਾ। ਮੈਂ ਫਾਇਰਪਲੇਸ ਚਲਾਉਣੀ ਆ। ਆਓ ਇੱਥੇ ਬੈਠੋ। ਆਹ ਕੰਬਲ ਪਿਆ ਨਮੂਨੀਆਂ ਨਾਲ ਕਰਵਾ ਬੈਠੋ। ਨਹੀਂ ਨਹੀਂ ਤੁਹਾਡਾ ਕਾਰਪਟ ਤੇ ਸੋਫਾ ਗਿੱਲਾ ਹੋ ਜਾਏਗਾ। ਰਹਿਣ ਦਿਓ। ਬਸ ਮੈਂ ਫਰਸ਼ ਤੇ ਖੜਾ ਰਹਿਣਾ ਕੁਝ ਦੇਰ। ਕੁਛ ਨਹੀਂ ਵਿਗੜਦਾ ਸੋਫਿਆਂ ਦਾ ਬੈਠੋ ਤੁਸੀਂ ਮੈਂ ਆਈ ਡਾਕਟਰ ਸਿੱਧੂ ਨੂੰ ਫਾਇਰਪਲੇਸ ਦੀ ਗਰਮائش ਨਾਲ ਕਾਫੀ ਆਰਾਮ ਜਿਹਾ ਮਿਲਿਆ ਪਰ ਉਹ ਉਦਾਸੀ ਝੂਠਾ ਜਿਹਾ ਪਈ ਜਾਵੇ ਦਿਲ ਦੀ ਧੜਕਣ ਵੀ ਵੱਧ ਗਈ ਉਹ ਗੋਡਿਆਂ ਤੇ ਦੋਨੋਂ ਹੱਥ ਰੱਖੀ ਉਂਗਲਾਂ ਟਪਟਪਾਉਂਦਾ ਰਿਹਾ ਕੁਲਦੀਪ ਨੇ ਮਹਿੰਦਰ ਦਾ ਇੱਕੋ ਇੱਕ ਸਵੈਟਰ ਜੋ ਨੇ ਸਾਹਮਣੇ ਰੱਖਿਆ ਹੋਇਆ ਸੀ ਡਾਕਟਰ ਨੂੰ ਲਿਆ ਫੜਾਇਆ ਕਿਉਂ ਐਵੇਂ ਖੇਚਲ ਕਰਦੇ ਹੋ ਰਹਿਣ ਦਿਓ ਡਾਕਟਰ ਸਿੱਧੂ ਨੇ ਅੱਧਾ ਕੂਟ ਕੇ ਸਵੈਟਰ ਫੜਿਆ ਖੇਚਲ ਕਾ ਦੀ ਜੀ ਜੇ ਤੁਸੀਂ ਮਾਇਨ ਨਾ ਕਰੋ ਤਾਂ ਇੱਕ ਡੋਜ਼ ਬਰਾਂਡੀ ਦੀ ਲਿਆ ਦੇਆ ਤੁਹਾਡੀ ਮਰਜ਼ੀ ਜਿਵੇਂ ਤੁਸੀਂ ਠੀਕ ਸਮਝੋ ਮੈਂ ਤਾਂ ਮੈਂ ਤਾਂ ਤੁਹਾਡੇ ਕੋਲੋਂ ਅਸਲ ਚ ਗਰਮ ਮਸਾਲਾ ਲੈਣ ਆਇਆ ਸੀ ਰੂਬੀ ਦੱਸਦੀ ਸੀ ਕਿ ਉਹ ਤੁਹਾਡਾ ਤਾਜ਼ਾ ਪੀਸੀ ਆਈ ਵਰਤਦੀ ਹੈ ਕੱਲ ਉਹਨਾਂ ਨੂੰ ਸਰਪ੍ਰਾਈਜ਼ ਦੇਣੀ ਹੈ ਆਪਣੇ ਘਰ ਬਟਰ ਚਿਕਨ ਤੇ ਬੁਲਾਉਣਾ ਤੁਸੀਂ ਵੀ ਜ਼ਰੂਰ ਆਇਓ ਘਰ ਦੀ ਰੋਟੀ ਹੋਏਗੀ ਜੀ ਸਵੀਡਿਸ਼ ਲਈ ਕਣ ਵਾਲਾ ਗੁੜ ਉਹ ਕਿੰਨੀ देर ਬੈਠੇ ਇਧਰ ਉਧਰ ਦੀਆਂ ਗੱਲਾਂ ਕਰਦੇ ਰਹੇ। ਕੁਲਦੀਪ ਦਾ ਦਿਲ ਕਰੇ ਕਿ ਉਹ ਨੂੰ ਲੰਚ ਲਈ ਰੋਕ ਲਵੇ ਪਰ ਕਹਿ ਨਾ ਸਕੇ। ਚਲੋ ਮੈਂ ਹੁਣ ਚੱਲਦਾ ਵਾਂ। ਮੈਂ ਵੀ ਥਮ ਗਿਆ ਡਾਕਟਰ ਨੇ ਬਾਰੀ ਵਿੱਚੋਂ ਅਸਮਾਨ ਵੱਲ ਤੱਕਿਆ। ਬਰਾਂਡੇ ਦੇ ਆਖਰੀ ਕੋਟ ਪਰ ਕੇ ਉੱਠ ਖੜਾ ਹੋਇਆ। ਕੁਲਦੀਪ ਨੇ ਖਾਲੀ ਗਲਾਸ ਚੁੱਕ ਕੇ ਕਿਚਨ ਕਾਊਂਟਰ ਤੇ ਰੱਖਣ ਚਲ ਲਈ ਚਲੀ ਗਈ। ਇੱਕ ਮਿੰਟ ਰੁਕੋ ਦਰਵਾਜ਼ੇ ਵੱਲੋਂ ਤੁਰੇ ਜਾਂਦੇ ਡਾਕਟਰ ਨੂਅ ਨੇ ਆਖਿਆ ਤੇ ਦੋ ਲਫਾਫੇ ਚੁੱਕ ਲਈ ਇਹ ਹੈ ਗਰਮ ਮਸਾਲਾ ਤੇ ਇਹ ਨੇ ਪਿੰਨੀਆਂ ਮੁਕੀਆਂ ਸੀ ਨਾ ਤੁਹਾਡੀਆਂ ਡਾਕਟਰ ਸਿੱਧੂ ਮੁਸਕਰਾਇਆ ਮੋਪੀ ਜੀ ਨਜ਼ਰ ਨਾਲੋਂ ਨੇ ਉਪਰੋਂ ਹੇਠਾਂ ਤੱਕ ਕੇ ਆਖਿਆ ਕੁਲਦੀਪ ਤੁਹਾਨੂੰ ਇਹ ਪਰਪਲ ਡਰੈਸ ਬਹੁਤ ਜੱਜਦੀ ਹੈ ਜਵਾਬ ਸੁਣੇ ਬਿਨਾਂ ਹੀ ਉਹ ਦਰਵਾਜ਼ੇ ਤੋਂ ਬਾਹਰ ਹੋ ਗਿਆ ਕੁਲਦੀਪ ਉਹਨੂੰ ਉਦੋਂ ਤੱਕ ਤੱਕਦੀ ਰਹੀ ਜਦ ਤੱਕ ਉਹ ਅੱਖੋਂ ਲੇ ਨਹੀਂ ਸੀ ਹੋ ਗਿਆ ਧੰਨਵਾਦ